ਮੋਗਾ ਤੋਂ ਇੱਕ ਤਾਜ਼ਾ ਖਬਰ ਸਾਹਮਣੇ ਆਈ ਹੈ। ਮੋਗਾ ਦੀਆਂ ਨਗਰ ਨਿਗਮ ਉਪ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਸੁਖਵਿੰਦਰ ਕੌਰ ਨੂੰ ਚੋਣ ਮੈਦਾਨ ਵਿੱਚੋਂ ਹਟਣ ਲਈ ਪੁਲਿਸ ਵੱਲੋਂ ਰਾਜਨੀਤੀ ਸ਼ਹਿ ਅਤੇ ਉਸਦੇ ਪਤੀ 'ਤੇ ਝੂਠਾ ਪਰਚਾ ਪਾ ਕੇ ਪੁਲਿਸ ਨੇ ਜੋਗਿੰਦਰ ਸਿੰਘ ਕਾਲਾ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਸੰਬੰਧੀ ਜਦੋਂ ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ ਜੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਉਹਨਾਂ ਨੂੰ ਇਸ ਘਟਨਾ ਦਾ ਕੁਝ ਵੀ ਪਤਾ ਨਹੀਂ ਹੈ। ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ। ਪਹਿਲਾਂ ਦਾ ਦਰਜਾ ਨਹੀਂ ਗਾ, ਪਹਿਲਾਂ ਦਾ ਅੱਜ ਦਾ ਨਹੀਂ ਗਾ।
ਮੇਰੀ ਨੂੰਹ ਖੜੀ ਹੈਗੀ ਜਾਤ ਤੇ ਇਹ ਕਾਂਗਰਸੀਆਂ ਨੇ ਕੀਤਾ ਜੋ ਕੀਤਾ ਵਾ ਤਾਂ ਕਰਕੇ ਚੱਕਿਆ ਗਿਆ ਤਾਂ ਚੱਕਿਆ ਗਿਆ ਵਾ ਇਹ ਕਹਿੰਦੇ ਵੀ ਕਾਗਜ਼ ਵਾਪਸ ਲੈ ਲੋ ਅਸੀਂ ਕਿਹਾ ਵੀ ਨਹੀਂ ਲੈਣ ਕੋਈ ਨਸ਼ੇ ਦੇ ਆਰੋਪ ਵੀ ਲਾ ਰਹੇ ਨੇ ਕੋਈ ਇਹੋ ਜਿਹੀ ਗੱਲ ਹੈਗੀ ਨਹੀਂ ਜੀ ਨਹੀਂ ਕੋਈ ਗੱਲ ਨੀ ਕੋਈ ਗੱਲ ਨੀ ਗੀ ਇਹ ਮੁੰਡਾ 8 ਤਰੀਕ ਦਾ ਗਿਆ ਸੀਗਾ ਗੱਡੀ ਤੇ ਬੰਬੇ ਤੇ ਰਾਤ ਆਇਆ ਜੀ ਨਸ਼ੇ ਵਾਲਾ ਮਾਮਲਾ ਜਿਹੜਾ ਬਿਲਕੁਲ ਨੀਗਾ ਗਲਤ ਗੱਲ ਆ ਜੀ ਠੀਕ ਕੋਈ ਨਸ਼ੇ ਵਾਲਾ ਮਾਮਲਾ ਨਾ ਮੁੰਡਾ ਖਾਂਦਾ ਤੇ ਨਾ ਕੋਈ ਇਹੋ ਜਿਹੀ ਗੱਲ ਹੀ ਨੀ ਧੱਕਾ ਕਰਦਿਆਂ ਤੇ ਕਾਗਜ਼ ਵਾਪਸ ਲੈ ਲੋ ਤੇ ਮੇਰੀ ਇਧਰ ਵੋਟ ਬਹੁਤ ਆ ਜੀ ਉਹਨਾਂ ਦੀ ਵੀ ਇਹਨੇ ਜਿੱਤ ਜਾਣਾ ਸਾਡਾ ਬੰਦਾ ਹਾਰ ਜਾਣਾ ਇਸ ਕਰਕੇ ਝੂਠੇ ਇਲਜ਼ਾਮ ਲਾਉਂਦੇ ਜੀ ਤੇ ਆ ਮੁੰਡੀ ਇਹਨਾਂ ਦਾ ਰੌਲਾ ਪੈ ਜੇ ਤੇ ਬਹਿ ਜਾਣ ਇਹ ਮੁਕੱਦਮਾ 13 ਇੱਕ 18 ਦਾ ਅੰਡਰ 2285 ਦਾ ਵਿੱਚ ਇਹ ਨੋਮੀਨੇਟ ਆ ਇਹਦੀ ਰਣਜੀਤ ਕੌਰ ਨੇ ਰਾਣੀ ਨੇ ਦੱਸਿਆ ਵੀ ਇਹ ਜੋਗਿੰਦਰ ਸਿੰਘ ਜੀ ਮੈਨੂੰ ਲਿਆ ਕੇ ਦਿੰਦਾ ਵਾ ਤੇ ਨੋਮੀਨੇਟ ਕੀਤਾ ਸੀਗਾ ਉਸੇ ਤਹਿਤ ਇਹਨੂੰ ਅੱਜ ਫੜਨ ਆਏ ਸੀਗੇ ਔਰ ਘਰ ਵਾਲੇ ਗੱਲ ਪੈ ਗਏ ਤੇ ਬਹੁਤ ਬੁਰਾ ਹਾਲਾ ਕੀਤਾ ਇਹ ਨਸ਼ੇ ਦੇ ਕੇਸ ਦੇ ਵਿੱਚ ਨਸ਼ੇ ਦੇ ਕੇਸ ਅੱਜ ਹੀ ਕਿਉਂ ਫੜਨ ਆਏ ਹੋ ਤੁਸੀਂ ਇਹਨੇ ਪਹਿਲਾਂ ਇਹ ਪਾਸੇ ਹੀਗਾ ਉਹ ਕਹਿੰਦੇ ਸੀ ਪਰਚਾ ਦੱਸ ਦਿਓ ਜੀ ਹੈ ਪਰਚਾ ਕਿੰਨੀ ਤਰੀਕ ਦਾ ਦਰਜ ਹੋਇਆ ਜੀ ਸ਼ਾਇਦ 13 ਤਰੀਕ ਦਾ ਨਹੀਂ ਸਿਆਸੀ ਦਬਾਅ ਕਾਰਨ ਕਹਿ ਰਹੇ ਨੇ ਵੀ ਨੋ 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 ਤੇ ਅੱਜ ਹੀ ਕਿਉਂ ਫੜਨਾ ਆਏ ਹੋ ਅੱਜ ਫੜਨਾ ਸਤ ਪਤਾ ਲੱਗਾ ਵੀ ਇਹ ਘਰੇ ਆਇਆ ਹੋਇਆ ਤੇ ਇਸੇ ਕਰਕੇ ਫੜਨਾ ਗਏ ਤੇ ਕੋਈ ਹੋਰ ਵੀ ਮੁਕੱਦਮਾ ਦਰਜ ਹੈ ਨਹੀਂ ਨਹੀਂ ਕੱਲਾ ਹੈ ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਕੈਂਡੀਡੇਟ ਕੌਣ ਆ ਪਤਾ ਲੱਗਾ ਮੈਨੂੰ ਨਹੀਂ ਪਤਾ ਇਹਦੇ ਬਾਰੇ